ਲੋਕਾਂ ਨੂੰ ਕ੍ਰਾਈਮ ਪ੍ਰਤੀ ਜਾਗਰੂਕ ਅਤੇ ਚੰਗੇ ਸਮਾਜ ਦੀ ਸਿਰਜਣਾ ਕਰਨ ਨੂੰ ਲੈ ਕੇ ਸ਼ੁਰੂ ਕੀਤੇ ਗਏ ਪੁਲਿਸ ਹਫ਼ਤੇ ਦੌਰਾਨ ਅੱਜ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਵਿਖੇ ਸੈਮੀਨਾਰ ਕਰਵਾਇਆ ਗਿਆ ਜਿਸ ਦੌਰਾਨ ਵਿਸ਼ੇਸ਼ ਤੌਰ 'ਤੇ ਮਹਿਕਮੇ ਵੱਲੋਂ ADCP ਸ਼੍ਰੀ ਸੁਰਿੰਦਰ ਲਾਂਬਾ ਅਤੇ ACP ਰਮਨਦੀਪ ਭੁੱਲਰ ਪੁੱਜੇ ਕਾਲਜ ਵਿਦਿਆਰਥੀਆਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਦੇ ਹੋਏ ਸ਼੍ਰੀ ਲਾਂਬਾ ਅਤੇ ਭੁੱਲਰ ਨੇ ਕਿਹਾ ਕਿ ਇੱਕ ਚੰਗੇ ਸਮਾਜ ਦੀ ਸਿਰਜਣਾ ਕਰਨ ਲਈ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਲੜਕੇ ਅਤੇ ਲੜਕੀਆਂ ਵਿਚਕਾਰ ਇੱਕ ਚੰਗੇ ਰਿਸ਼ਤੇ ਹੋਣ ਦੀ ਗੱਲ ਬਾਰੇ ਵਿਸ਼ੇਸ਼ ਤੌਰ 'ਤੇ ACP ਸ਼੍ਰੀ ਲਾਂਬਾ ਨੇ ਕਿਹਾ ਕਿ ਸਾਨੂੰ ਆਪਣੇ ਵਿਚਾਰਾਂ ਅਤੇ ਸੋਚ ਵਿੱਚ ਬਦਲਾਵ ਲਿਆਉਣਾ ਹੋਵੇਗਾ ਉਹਨਾਂ ਕਿਹਾ ਕਿ ਜਦ ਅਸੀਂ ਕਿਸੇ ਵੀ ਔਰਤ ਜਾਂ ਲੜਕੀ ਨੂੰ ਆਪਣੇ ਪਰਿਵਾਰ ਦੀ ਮਾਂ ਭੈਣ ਜਾਂ ਹੋਰ ਰਿਸ਼ਤੇ ਨਾਲ ਜੋੜ ਕੇ ਵੇਖਾਂਗੇ ਤਾਂ ਸਾਡੇ ਅੰਦਰ ਇੱਕ ਚੰਗੇ ਵਿਚਾਰ ਅਤੇ ਸੋਚ ਪੈਦਾ ਹੋਵੇਗੀ ਜੋ ਕਿ ਲੜਕੇ ਅਤੇ ਲੜਕੀਆਂ ਵਿਚਕਾਰ ਵੱਧ ਰਹੇ ਕ੍ਰਾਈਮ 'ਤੇ ਸਟੋਪੇਜ ਲਗਾਏਗੀ ਸਥਾਨਕ ਪੁਲਿਸ ਵੱਲੋਂ ਕਰਵਾਏ ਗਏ ਇਸ ਸੈਮੀਨਾਰ ਦੀ ਕਾਲਜ ਪ੍ਰਿੰਸੀਪਲ ਸਾਹਿਬ ਵੱਲੋਂ ਵੀ ਸ਼ਲਾਘਾ ਕੀਤੀ ਗਈ ਅੱਜ ਅਸੀਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ 'ਚ ਆਏ ਹੈਗੇ ਇੱਥੇ ਮੈਂ ਅਤੇ ACP ਸਾਊਥ ਰਮਨਦੀਪ ਭੁੱਲਰ ਜੀ ਅਤੇ ਸਾਡਾ ਅੱਜ ਦਾ ਟੋਪਿਕ ਜਿਹੜਾ ਹੈਗਾ ਉਹ ਹੈਗਾ ਕ੍ਰਾਈਮ ਅਗੇਂਸਟ ਵੂਮਨ ਅਤੇ ਚਿਲਡਰਨ ਦਾ ਇੱਥੇ ਸੈਮੀਨਾਰ 'ਚ ਅਸੀਂ ਬੇਸਿਕਲੀ ਕੋਸ਼ਿਸ਼ ਕੀਤੀ ਹੈਗੀ ਇੱਕ ਕੌਨਫੀਡੈਂਸ ਡਿਵਲਪ ਕਰਨ ਦੀ ਗਰਲਸ ਦੇ ਵਿੱਚ ਅਤੇ ਉਹਨਾਂ ਨੂੰ ਰਿਕੁਐਸਟ ਕੀਤਾ ਹੈਗਾ ਕਿਸੇ ਵੀ ਤਰੀਕੇ ਦਾ ਕੋਈ ਵੀ ਕ੍ਰਾਈਮ ਜੇਕਰ ਉਹਨਾਂ ਦੇ ਅਗੇਂਸਟ ਹੁੰਦਾ ਹੈਗਾ ਜਾਂ ਉਹ ਕਿਤੇ ਵੀ ਆਪਣੇ ਆਸ ਪਾਸ 'ਚ ਦੇਖਦੇ ਨੇ ਅਤੇ ਉਹ ਕੌਨਫੀਡੈਂਸ ਡਿਵਲਪ ਹੋਵੇ ਅਤੇ ਉਹ ਪੁਲਿਸ ਨੂੰ ਅਪਰੋਚ ਕਰਨ ਅਤੇ ਉਸ ਕ੍ਰਾਈਮ ਦੇ ਅਗੇਂਸਟ ਉਹ ਆਪਣੀ ਵੋਇਸ ਰੇਜ ਕਰਨ ਅਤੇ ਕਾਫੀ ਅੱਛਾ ਰੈਸਪੋਂਸ ਰਿਹਾ ਇੱਥੇ ਸਟੂਡੈਂਟਸ ਦਾ ਅਤੇ ਮੇਨ ਜਿਹੜਾ ਸਾਡਾ ਟੋਪਿਕ ਸੀਗਾ ਉਹਦੇ ਸਾਰੇ ਚੀਜ਼ਾਂ ਐਸਪੈਕਟਸ ਜਿਹੜੇ ਹੈਗੇ ਕ੍ਰਾਈਮ ਕਿਸ ਤਰੀਕੇ ਨਾਲ ਹੁੰਦਾ ਅਤੇ ਕਿਸ ਕਿਸ ਟਾਈਪ ਦਾ ਹੁੰਦਾ ਉਹ ਅਸੀਂ ਅਵੇਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਹਾਂਜੀ ਜਿੰਨੇ ਵੀ ਐਸਪੈਕਟਸ ਹੈਗੇ ਕ੍ਰਾਈਮ ਅਗੇਂਸਟ ਵੂਮੈਨ ਦੇ ਸਪੈਸ਼ਲੀ ਜਿਹੜਾ ਸੋਸ਼ਲ ਮੀਡੀਆ ਦਾ ਅੱਜ ਕੱਲ੍ਹ ਚੱਲ ਰਿਹਾ ਹੈਗਾ ਕਿਉਂਕਿ ਇੰਜੀਨੀਅਰਿੰਗ ਕਾਲਜ ਹੈਗਾ ਅਤੇ ਯੂਥ ਜਿਹੜਾ ਹੈਗਾ ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਸੈਸ ਕਰਦਾ ਅਤੇ ਉਹਦਾ ਐਸਪੈਕਟ ਵੀ ਅਸੀਂ ਇਹਨਾਂ ਨੂੰ ਦੱਸੇ ਹੈਗੇ ਹਾਂਜੀ ਅਭੀ ਪੁਲਿਸ ਵੀਕ ਜੋ ਸੈਲੀਬ੍ਰੇਟ ਕੀਤਾ ਜਾ ਰਿਹਾ ਲੁਧਿਆਣਾ ਪੁਲਿਸ ਕੀ ਤਰਫ ਸੇ ਜਿਸਕੇ ਅੰਦਰ ਅੱਜ ਕੇ ਦਿਨ ਮੇ ਲਗਭਗ 10 ਇੰਸਟੀਟਿਊਟਸ ਮੇ ਕਾਲਜਸ ਮੇ ਸੈਮੀਨਾਰਸ ਔਰਗਨਾਈਜ਼ ਕਰਵਾਏ ਜਾ ਰਹੇ ਕ੍ਰਾਈਮ ਅਗੇਂਸਟ ਵੂਮੈਨ ਕੇ ਹਾਂਜੀ ਇਹ ਜਿਹੜੇ ਲੋਕਲ ਪੁਲਿਸ ਆਫਿਸਰ ਸਾਡੇ ਕਾਲਜ ਆਏ ਸੀ ਅੱਜ ADCP ਮਿਸਟਰ ਸੁਰਿੰਦਰ ਲਾਂਬਾ ਅਤੇ DCP ਮਿਸਟਰ ਭੁੱਲਰ ਉਹਨਾਂ ਨੇ ਕ੍ਰਾਈਮ ਅਗੇਂਸਟ ਵੂਮੈਨ ਦੇ ਉੱਤੇ ਸਾਡੇ ਸਟੂਡੈਂਟਸ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੇ ਦੱਸਿਆ ਕਿ ਖਾਸ ਕਰਕੇ ਲੜਕੀਆਂ ਨੂੰ ਕਿ ਕ੍ਰਾਈਮ ਦੇ ਅਗੇਂਸਟ ਉਹਨਾਂ ਨੇ ਕਿਵੇਂ ਐਕਟ ਕਰਨਾ ਅਤੇ ਲੜਕਿਆਂ ਨੂੰ ਵੀ ਉਹਨਾਂ ਨੇ ਬੜੀਆਂ ਅੱਛੀਆਂ ਨਸੀਹਤਾਂ ਦਿੱਤੀਆਂ ਕਿ ਅਸੀਂ ਇੱਕ ਚੰਗੀ ਮਤਲਬ ਸੁਸਾਇਟੀ ਨੂੰ ਕਿਵੇਂ ਸਿਰਜ ਸਕਦੇ ਹਾਂ ਸੋ ਇੱਕ ਪੁਲਿਸ ਦਾ ਬਹੁਤ ਵਧੀਆ ਇਨੀਸ਼ੀਏਟਿਵ ਸੀ ਸਾਡੇ ਸਟੂਡੈਂਟਸ ਨੇ ਵੀ ਇਹਨੂੰ ਬਹੁਤ ਐਪਰੀਸ਼ੀਏਟ ਕੀਤਾ ਅਤੇ ਮੈਂ ਕਾਲਜ ਵੱਲੋਂ ਇਹ ਪੁਲਿਸ ਆਫਿਸਰਸ ਦਾ ਬਹੁਤ ਧੰਨਵਾਦ ਕਰਾਂਗਾ ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ ਕੈਮਰਾਮੈਨ ਸਰਬਜੀਤ ਪਨੇਸਰ ਦੇ ਨਾਲ ਫੋਕਸ .ਪੰਜਾਬੀ ਯੂਅਰ ਸਿਟੀ ਯੂਅਰ ਨਿਊਜ਼